ਵਾਹਿਗੁਰੂ ਜੀ ਕੀ ਫਤਿਹ। ਮਨ ਦਿੱਤੇ ਹੋਏ ਫੈਸਲੇ ਅਨੁਸਾਰ ਸ਼ੁਰੂ ਕਰਦੇ ਹਾਂ। ਆਪਦੀ ਆਗਿਆ ਅਨੁਸਾਰ ਆਪ ਸਤਿਗੁਰ ਦੇ ਸੱਚੇ ਆਸ਼ਕ ਉਪਾਸ਼ਕ ਹਮੇਸ਼ਾ ਯਾਦ ਰੱਖੋਗੇ ਸਤਿਗੁਰਾਂ ਦੇ ਵਚਨ। ਢੂੰਡਤ ਡੋਲੇ ਅੰਧਗਤ ਔਰ ਚਿੰਨਤ ਨਹੀਂ ਸੰਤ ਕਹਿ ਨਾਮਾ ਕਿਉਂ ਪਾਈਏ ਬਿਨ ਭਗਤ ਭਗਵੰਤ। ਹਰ ਸੋ ਹੀਰਾ ਛੱਡ ਕੇ ਕਰੇ ਆਨ ਕੀ ਆਸ ਤਹਿ ਨਾ ਪੋਚ ਕੇ ਜਾਏਂਗੇ ਸਤ ਪਾਖੇ ਰਵਿਦਾਸ ਕਬੀਰ। ਲਗਿਰੇ ਕਰੇ ਤੇ ਧਰਮ ਕਰ ਨਹੀਂ ਤੇ ਕਰ ਬੈਰਾਗ ਬੈਰਾਗੀ ਬੰਧਨ ਕਰੇ ਤਾਕ ਵੱਡੋ ਅਪਾਗ। ਅਤੇ ਮਹਲਾ ਚੌਥਾ ਜੀ ਨਾਨਕ ਜੀ ਫਰਮਾਉਂਦੇ ਹਨ ਸੰਤ ਜਣਾਵਨ ਪਾਈਆ ਹਰ ਕਿਨੇ ਨਾ ਪਾਇਆ ਨਾਉ ਵਿੱਚ ਹਉਮੇ ਕਰਮ ਕਮਾਉਂਦੇ ਜਿਉਂ ਬੇਸਵਾ ਬੇਸਵਾ ਪੁੱਤ ਮੈਂ ਨਾਉ। ਭਗਤ ਸਤਿਗੁਰੂ ਤੋਂ ਬਗੈਰ ਇਸ ਦੀ ਸੂਝੀ ਕਰਵਾਉਣਾ ਵਾਲਾ ਹੋਰ ਕੋਈ ਨਹੀਂ ਹੈਗਾ। ਕਿਉਂਕਿ ਜਿੱਥੇ ਗਿਆਨ ਹੈ ਕਿ ਵੀਰਾ ਜਹਾਂ ਗਿਆਨ ਤਹਾਂ ਧਰਮ ਹੈ, ਜਹਾਂ ਝੂਠ ਤਾਂ ਪਾਪ, ਜਹਾਂ ਲੋਕ ਤੇ ਕਾਲਾ ਹੈ ਜਾਂ ਕਿਵਾਂ ਤੇ ਆਪ ਵੀ ਪਤਾ ਕਰਨ ਲਈ ਸਤਿਗੁਰ ਕਹਿੰਦੇ ਅੱਜ ਹੀ ਪਤਾ ਕਰੋ ਕੱਲ੍ਹ ਤੇ ਨਾ ਰਹਿਣ ਦਿਓ। ਕਬੀਰ ਕਲ ਕਰੰਤਾ ਅਬੇ ਕਰ ਅਬ ਕਰਤਾ ਸੁਤਾਲ ਪਾਸ਼ੇ ਕਛੂ ਨਾ ਹੋਵੇਗਾ ਜੋ ਸਿਰ ਪਰ ਆਵੇ ਕਾਲ। ਇੱਥੇ ਵੇਲਾ ਲੰਘ ਜਾਏਗਾ ਸੱਚ ਨੂੰ ਜਾਣਨ ਦਾ ਹੁਣ ਮੌਕਾ ਹੈ। ਸਤਿਗੁਰੂ ਦਾਸ ਜੀ ਵੱਲੋਂ ਬਖਸ਼ਿਆ ਹੋਇਆ ਅਲਾਹੀ ਫਰਮਾਨ ਸਰਵਨ ਕਰਨ ਤੋਂ ਪਹਿਲਾਂ ਅੱਗੇ ਜਾਣ ਤੋਂ ਪਹਿਲਾਂ ਸਤਿਗੁਰਾਂ ਦੀ ਵਡਿਆਈ ਗੁਰੂ ਗ੍ਰੰਥ ਸਾਹਿਬ 'ਚ ਵਾਰ ਵਾਰ ਆ ਰਹੀ ਹੈ। ਕਿਉਂ ਕਰਵਾ ਰਹੇ ਨੇ ਤੁਸੀਂ ਵੀ ਜਾਣ ਲਓ, ਪੂਰਾ ਲਾਭ ਮਿਲੇਗਾ। ਸਤਿਗੁਰੂ ਧੰਨਾ ਜੀ ਜੇ ਸਤਿਗੁਰੂ ਧੰਨਾ ਜੀ ਦੇ ਨਾਮ ਹੇਠ ਇਹ ਸ਼ਬਦ ਮਹਲਾ ਪੰਜਵਾਂ ਦੀ ਰਚਨਾ ਕਰ ਰਹੇ ਹਨ। ਸੋਝੀ ਕਰਵਾ ਰਹੇ ਹਨ ਪਸ਼ੂ ਜਗਤ ਨੂੰ ਕਿਹਨਾਂ ਸੰਤ ਸਤਿਗੁਰਾਂ ਦੇ ਸੰਤ ਵਿੱਚ ਉਸਨੂੰ ਪ੍ਰਭੂ ਹੋਇਆ। ਇੱਕੋ ਓਂਕਾਰ ਸਤਿਗੁਰ ਪ੍ਰਸਾਦ ਮਹਲਾ ਪੰਜਵਾਂ ਰਾਗ ਆਸਾ। ਗੋਬਿੰਦ 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 ਸੰਗ ਨਾਮ ਦਿਉ ਮਨ ਲੀਣਾ ਆਠ ਡਾਮ ਕੋਸ਼ੀ ਪੁਰੋ ਹੋਇਓ ਲਾਖੀ ਨਾ ਰਹਾਓ। ਮੁੜਨਾ ਤਰਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਚਾਹਲਾਰੋ ਭਇਓ ਗੁਣੀ ਮਹੀਰਾ। ਰਵਿਦਾਸ ਧੁਆਂਤਾ ਢੋਰ ਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਇਆ ਸਾਧ ਸੰਗ ਹਰ ਦਰਸਨ ਪਾਇਆ। ਸਿਆਣ ਨਾਈ ਬਤਕਾਰੀਆ ਉਹ ਘਰ ਘਰ ਸੁਣਿਆ ਹਿਰਦੇ ਵਸਿਆ ਪਾਰਵਾਮ ਭਗਤਾਂ ਨੇ ਗਿਣਿਆ। ਇਹ ਵਿਦ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ ਮਿਲੇ ਪ੍ਰਤੱਖ ਗਸਈਆਂ ਤਾਂ ਨਾਲ ਟਪਾ ਗਏ। ਇਹ ਸ਼ਬਦ ਨਾਨਕ ਜੀ ਮਹੱਲਾ ਪੰਜਵਾਂ ਵੱਲੋਂ ਜਗਤ ਪਸ਼ੂ ਨੂੰ ਧੁੰਦਲਾਪਨ ਸਾਹਿਬ ਕਰਨ ਵਾਸਤੇ ਰਚਿਆ ਹੈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਕਾਬਿਆ ਵਿੱਚ ਭਾਈ ਲੋਕ ਗ੍ਰੰਥੀ ਲੋਕ ਕੁਝ ਹੋਰ ਹੀ ਸੁਣਾ ਰਹੇ ਨੇ। ਸਤਿਗੁਰੂ ਦੇ ਧੰਨਾ ਜੀ ਦੇ ਕਥਨ ਅਨੁਸਾਰ ਉਸਨੂੰ ਹੋਰ ਸਪਸ਼ਟ ਕਰਨ ਲਈ ਇਹ ਰਚਨਾ ਰਚੀ ਹੈ। ਗੌਰਤਲਬ ਹੈ ਕਿਉਂਕਿ ਆਪ ਧਿਆਨ ਲਗਾ ਰਹੇ ਹਨ। ਗਿਆਨ ਪ੍ਰਵੇਸ਼ ਗੁਰੇ ਧੰਦਿਆ ਧਿਆਨ ਮਾਨ ਮਨ ਏਕਮੈ ਪ੍ਰੇਮ ਭਗਤ ਮਾਨੀ ਸੁਖ ਪਾਇਆ ਤ੍ਰਿਪਤ ਅਗਾਨੇ ਮੁਕਤ ਪਾਏ। ਜੋਤ ਸਮਾਏ ਸਮਾਨੀ ਜਾ ਕੇ ਅਸ਼ਲੀ ਪਾ ਪਹਿਚਾਨਿਆ ਧੰਨੇ ਧਨ ਪਾਇਆ ਧਰਨੀ ਤਰ ਫਿਰ ਸੰਤ ਜਨ ਸਮਾਨਿਆ। ਸਤਿਗੁਰੂ ਧੰਨਾ ਜੀ ਸੋਝੀ ਕਰਵਾਉਂਦੇ ਕਿ ਮੈਨੂੰ ਗੁਰੂ ਦੇ ਨਾਮ ਗੁਰੂ ਨੇ ਨਾਮ ਧੰਨ ਦਿੱਤਾ ਹੈ। ਸੰਤਾਂ ਦੀ ਸੰਗਤ ਵਿੱਚ ਮੈਨੂੰ ਧਰਨੀ ਧਰਨ ਲੱਭਾ ਹੈ। ਪਰ ਸਵਾਰਥੀ ਲੋਕਾਂ ਨੇ ਆਪਣਾ ਧਰਮ ਕਜੂਲਾ ਵਾਣ ਲੋਕਾਂ ਦੇ ਮੁੱਢ ਅਤੇ ਪਾਣ ਪਾਈ ਰੱਖਣ ਵਾਸਤੇ ਇੱਕ ਕਹਾਣੀ ਚਲਾ ਦਿੱਤੀ ਕਿ ਧੰਨੇ ਨੇ ਇੱਕ ਬ੍ਰਾਹਮਣ ਤੋਂ ਇੱਕ ਠਾਕਰ ਲੈ ਕੇ ਉਸਦੀ ਪੂਜਾ ਕੀਤੀ ਅਤੇ ਉਸ ਠਾਕਰ ਪੂਜਾ ਤੋਂ ਉਸਨੂੰ ਪਰਮਾਤਮਾ ਮਿਲਿਆ। ਐਸਾ ਹੋਇਆ ਨਾ ਤਾਂ ਨਾਨਕ ਜੀ ਚੌਥੇ ਜਾਮੇ ਅਤੇ ਪੰਜਵੇਂ ਜਾਮੇ ਬਾਅਦ 'ਚ ਆ ਕੇ ਕਿਉਂ ਐਸਾ ਵਾਰ ਵਾਰ ਖਵਾਉਂਦੇ ਕਹਿੰਦੇ। ਆਪ ਲਿਖਦੇ ਹਨ ਸਾਧੂ ਸਰਨ ਪਰੇ ਸੋ ਉਭਰੇ ਖੱਤਰੀ ਬ੍ਰਾਹਮਣ ਸ਼ੁੱਧ ਵੈਸ਼ ਚੰਡਾਲ ਚੰਡਈਆ ਨਾਮਾ ਜੈਦੇਵ ਗੰਭੀਰ ਤਰਲੋਚਨ ਉਹ ਜਾਤ ਰਵਦਾਸ ਚਮਾਰ ਚਮਈਆ। ਜੋ ਜੋ ਮਿਲੇ ਸਾਧੂ ਜਨ ਸੰਗਤ ਧੰਨ ਧੰਨਾ ਜੱਟ ਸਹਿਣ ਮਿਲ ਹੱਥਈਆ ਸੰਤ ਜਨਾ ਕੀ ਹੈ ਪੈਜ ਰਖਾਏ ਭਗਤ ਲਛ ਅੰਗੀਕਾਰ ਕਰੀਏ। ਸੁਝੀ ਕਰਵਾਉਂਦੇ ਹਨ ਕਿਉਂ ਇਹ ਸੱਚ ਜਗਤ ਪਸ਼ੂ ਪ੍ਰਵਾਹ ਨਹੀਂ ਕਰ ਰਿਹਾ।
ਹੈ, ਪਰ ਇਹ ਸੱਚ ਹਮੇਸ਼ਾ ਕਾਇਮ ਰਹੇਗਾ। ਕੀ ਹੈ ਇਹ ਸੱਚ? ਨਾਈ ਉਦਰਿਓ ਸੈਣ ਸੇ ਮਨ ਡੀਗਨ ਡੋਲੇ, ਕਾਹੂ ਜਾਏ ਮਨ ਤੂੰ ਵੀ ਤਰਸਣ ਸਰਣ ਪਾਏ। ਕਿਹਨਾਂ ਦੀ ਸਰਣ? ਨਾ ਮਾਰੇ ਇਹ ਵਿਦ ਦੇਖ ਮਨ ਲੱਗਾ ਸੇਵ, ਕਬੀਰ ਧਿਆਓ ਏਕ ਰੰਗ, ਨਾਮਦੇਵ ਹਰ ਜਿਉ ਵਸੇ ਸੰਗ, ਰਵਿਦਾਸ ਧਿਆਏ ਪ੍ਰਭੂ ਨੂੰ, ਗੁਰੂ ਨਾਨਕ ਦੇਵ ਗੋਬਿੰਦ ਰੂਪ। ਮਹੱਲਾ ਪਹਿਲਾ ਜੀ ਦਾ ਸਤਿਗੁਰੂ ਦਾਸ ਜੀ ਉਹ ਮੈਂ ਜਿਹਨਾਂ ਬਾਰੇ ਖੁਦ ਨਾਨਕ ਨਾਮ ਲੇਵਾ ਲੋਕ ਹਰ ਰੋਜ਼ ਅਪਲਫਸਾਂ ਦੀ ਲਫਸਾਂ ਦਾ ਪ੍ਰਯੋਗ ਕਰਦੇ ਨੇ, ਪਰ ਉਹਨਾਂ 'ਤੇ ਕੋਈ ਬੰਦਿਸ਼ ਨਹੀਂ ਹੈ। ਪਰ ਇਹ ਸੱਚ 'ਤੇ ਹਰ ਕੋਈ ਕਿੰਤੂ ਪੰਤੂ ਕਰ ਰਿਹਾ ਹੈ, ਕਿਸ ਸਾਜਿਸ਼ ਅਧੀਨ ਹੋ ਰਿਹਾ ਹੈ, ਕਿਉਂਕਿ ਇਹ ਲੋਕ ਜਿੱਥੇ ਮਹੱਲਾ ਪੰਜਵਾਂ ਨੂੰ ਸਭ ਸਿੱਧ ਕਰਦੇ ਹਨ ਉੱਥੇ ਹੋਰਾਂ ਨੂੰ ਵੀ ਕਰਦੇ ਹਨ। ਇਹਨਾਂ ਨੂੰ ਘਰ ਵਿੱਚ ਠਾਕਰ ਨਜ਼ਰ ਨਹੀਂ ਆਉਂਦਾ, ਘਰ ਮੈਂ ਠਾਕਰ ਨਦਨਾ ਆਵੇ, ਗੱਲ ਮੈਂ ਪਾਹਣ ਲੈ ਲਟਕਾਵੇ, ਪਰ ਮੈਂ ਭੁੱਲੇ ਸਖਤ ਫਿਰਤਾ, ਨੀਰ ਬਰੋਲੇ ਖੱਪ ਖੱਪ ਮਾਰਦਾ ਰਹੂ, ਜਿਸ ਪਾਹਣ ਕੋ ਠਾਕਰ ਕਹਿਤਾ ਉਹ ਪਾਹਣ ਲੈ ਉਸੇ ਉਸਕੋ ਡੂਬਤਾ, ਗੁਨਾਹਗਾਰ ਲੂਣ ਹਰਾਮੀ ਪਾਣ ਨਾ ਨਾ ਪਾਰ ਗਰਾਮੀ, ਗੁਰਮਿਲ ਨਾਨਕ ਠਾਕਰ ਜਾਤਾ, ਜਲ ਥਲ ਮਹੀਲ ਪੂਰਨ ਮਦਾਤਾ। ਇਸ ਸੱਚ ਨੂੰ ਛੱਡ ਕੇ ਲੋਕ ਆ ਐਂ ਕਹਿੰਦੇ ਨੇ ਸਤਿਗੁਰੂ ਧੰਨਾ ਜੀ ਬਾਰੇ ਕਿ ਭਾਈ ਗੁਰਦਾਸ ਦੀ ਵਾਰ ਉਹ ਐਂ ਸੁਣਾਉਂਦੇ ਨੇ ਕਿ ਕਿਵੇਂ ਵਿਖਿਆਨ ਕਰਦੇ ਨੇ ਕਿ ਭਗਤ ਧੰਨਾ ਜੀ ਦੀ ਠਾਕੁਰ ਪੂਜਾ ਬਾਰੇ ਉਸ ਵਕਤ ਪ੍ਰਚਲਿਤ ਹੋ ਚੁੱਕੀ ਕਹਾਣੀ ਅਨੁਸਾਰ ਪ੍ਰਧਾਈ ਭਾਈ ਗੁਰਦਾਸ ਜੀ ਨੇ ਦਸਵੀਂ ਵਾਰ ਵਿੱਚ ਇਉਂ ਲਿਖਿਆ ਹੈ। ਭਾਈ ਗੁਰਦਾਸ ਜੀ ਵਾਰ ਨੂੰ ਉਹ ਪਹਿਲ ਦੇ ਰਹੇ ਨੇ, ਪਰ ਗੁਰੂ ਗ੍ਰੰਥ ਸਾਹਿਬ ਨੂੰ ਪਿੱਛੇ ਛੱਡ ਰਹੇ ਨੇ। ਭਾਈ ਗੁਰਦਾਸ ਕੀ ਕਹਿੰਦਾ? ਬਾਹਮਣ ਪੂਜੇ ਦੇਵਤੇ ਧੰਨਾ ਲੋਕ ਚਰਾ ਬਣਾਵੇ, ਧੰਨਾ ਡਿੱਠਾ ਚੱਲ ਤੇ ਇਹ ਉੱਚੇ ਬਾਹਮਣ ਮੁੱਖ ਮੁੱਖ ਆਖ ਸੁਣਾਵੇ, ਠਾਕਰ ਕੀ ਸਿਰਾ ਕਰੇ ਸੋ ਜੋ ਇੱਛੇ ਸੋਈ ਫਲ ਪਾਵੇ, ਧੰਨਾ ਕਰਦਾ ਜੋਦੜੀ ਮੈਂ ਵੀ ਦੇ ਇੱਕ ਨਿਤ ਭਾਵੇ, ਪੱਥਰ ਇੱਕ ਲਪੇਟ ਕਰ ਜੇ ਧੰਨੇ ਨੂੰ ਗੋਇਲ ਛਡਾਵੇ, ਠਾਕਰ ਨੂੰ ਨਵਾਏ ਕੇ ਸ਼ਾਹ ਰੋਟੀ ਲੈ ਭੋਗ ਚੜਾਵੇ, ਹੱਥ ਜੋੜ ਮਿੰਤ ਕਰੇ ਪੈਰੀ ਪੈ ਪੈ ਬਹੁਤ ਮਨਾਏ, ਨਵੇ ਹੌਮੀ ਮਨ ਮੈਂ ਅਨੁਨਾ ਚੁਟਲਾਸਾਂ, ਤੂੰ ਰੁੱਠਾ ਮੈਂ ਕਿਹ ਨਾ ਸਿਖਾਵੇ, ਗੋਸਾਈ ਪ੍ਰਤਾਪ ਹੋਏ ਰੋਟੀ ਖਾ ਖਾਏ ਜਾਮੂ ਲਾਵੇ, ਭੋਲੇ ਭੋਲਾ ਪਾਏ ਗੋਬਿੰਦ ਮਿਲਾਵੇ। ਅਗਰ ਭਾਈ ਗੁਰਦਾਸ ਪਾਤ ਪਾਸ ਇਤਨੀ ਅਕਲ ਹੁੰਦੀ ਤਾਂ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹੋਣੀ ਸੀ। ਅਗਰ ਭਾਈ ਗੁਰਦਾਸ ਸਹੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਥਾਂ ਬੜੇ ਵੱਡੇ ਬੱਟੇ ਰੱਖ ਲੈ ਜਾਣ, ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਗਲਤ ਸਾਬਤ ਕਰਨਾ ਫੌਰਨ ਬੰਦ ਕਰ ਦੇਣ, ਇਹੀ ਨੇਕ ਸਲਾਹ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ। ਨਹੀਂ ਤਾਂ ਆਪਣੇ ਗੁਰੂ ਘਰਾਂ 'ਚ ਗੁਰੂ ਗ੍ਰੰਥ ਸਾਹਿਬ ਦੀ ਜਗ੍ਹਾ 'ਤੇ ਪ੍ਰਕਾਸ਼ ਉਹ ਹਟਾ ਦੇਣ, ਨਿਮਰਤਾ ਸਹਿਤ ਬੇਨਤੀ ਕਰਾਂਗੇ ਅਸੀਂ ਉਹਨਾਂ ਲੋਕਾਂ ਨੂੰ। ਅਤੇ ਛੇਵਾਂ ਸ਼ਬਦ ਹੈ ਸਤਿਗੁਰੂ ਦਾਸ ਜੀ ਉਹ ਕਿਰਪਾ ਕਰਦੇ ਹਨ, ਇਹ ਉਹਨਾਂ ਦਾ ਛੇਵਾਂ ਸ਼ਬਦ ਹੀ ਨਿਰਵਿਘਨ ਵਿਆਖਿਆ ਤੁਸੀਂ ਸੁਣ ਚੁੱਕੇ ਹੋ, ਅਤੇ ਅਗਲੇ ਸ਼ਬਦ ਦੀ ਸ਼ੁਰੂਆਤ ਹੁਕਮ ਅਨੁਸਾਰ ਅੱਗੇ ਲੈ ਕੇ ਆਰੰਭ ਕਰਦੇ ਹਾਂ। ਇਹ ਸ਼ਬਦ ਹੈ ਸਤਿਗੁਰੂ ਦਾਸ ਜੀ ਦੀ ਅੰਮ੍ਰਿਤਮਈ ਇਲਾਹੀ ਰਚਨਾ ਦਾ ਸੱਤਵਾਂ ਅਤੇ ਰਾਗ ਆਸਾ ਦਾ ਪਹਿਲਾ ਸ਼ਬਦ ਹੈ। ਇਸ ਸ਼ਬਦ ਵਿੱਚ ਸੱਚੇ ਸਾਹਿਬ ਨੇ ਇੱਕ ਇਨਸਾਨ ਦੀ ਐਸੀ ਤਸਵੀਰ ਪੇਸ਼ ਕੀਤੀ ਹੈ ਜਿਸ ਕਾਰਨ ਉਹ ਆਪ ਹੀ ਖਪਿਆ ਹੋਇਆ ਹੈ। ਇਹ ਸ਼ਬਦ ਇਲਾਹੀ ਸ਼ਬਦ ਅੰਕ 486 ਗੁਰੂ ਗ੍ਰੰਥ ਦੇ ਸਵਾਏ ਮਾਨ ਹੈ। ਇੱਕੋ ਓਂਕਾਰ ਸਤਿਗੁਰ ਪ੍ਰਸਾਦ ਆਸਾ ਬਾਣੀ ਸ੍ਰੀ ਰਵਿਦਾਸ ਜੀ ਹੋ ਗਈ। ਮਿਰਗ ਮੀਨ ਭਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ, ਪੰਚ ਦੁੱਖ ਅਸਾਧ ਜਾਣੇ ਤਾਂ ਕੀ ਕਿਰਤ ਕਲਾਸ।
ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ ਰਹਾਓ ਤ੍ਰਿਗ ਜੋਨ ਅਚੇਤ ਸੰਬੰਧ ਪੁੰਨ ਪਾਪ ਅਸੋਚ ਮਨੁੱਖਾਂ ਅਵਤਾਰ ਦੁਰਵ ਤਹੀ ਸੰਗਤ ਪੋਚ ਜੀਆ ਜੰਤ ਜਹਾਂ ਜਹਾਂ ਲਗ ਕਰਮ ਕੇ ਵਸ ਜਾਏ ਕਾਲ ਫਾਸ ਅਵਧ ਲਾਗੇ ਕਛੁ ਨਾ ਚਲੇ ਅਪਾਏ ਰਵਿਦਾਸ ਦਾਸ ਉਦਾਸ ਤਜ ਭਰਮ ਤਪਨ ਗੁਰ ਗਿਆਨ ਭਰਤ ਜਨ ਪਹਿਰਨ ਪਰਮਾਨੰਦ ਕਰੁਣਾ ਜੀਵ ਗਿਆਨਤਾ ਦੇ ਗਿਆਨਤਾ ਨਾਲ ਪਿਆਰ ਕਰ ਰਹੇ ਹਨ ਇਸ ਵਾਸਤੇ ਇਹਨਾਂ ਦੇ ਵਿਵੇਕ ਦਾ ਦੀਵਾ ਧੁੰਦਲਾ ਹੋ ਗਿਆ ਪਰ ਖੇਣ ਹੋ ਰਹੇ ਹਨ ਭਲੇ ਬੁਰੇ ਦੀ ਪਛਾਣ ਨਹੀਂ ਰਹੀ ਹਰਨ ਨੂੰ ਆਵਾਜ਼ ਸੁਣਨ ਦਾ ਐਬ ਹੈ ਨਾਦ ਸੁਣਨ ਦਾ ਰਸ ਮੱਛੀ ਨੂੰ ਜੀਭ ਦਾ ਚਸਕਾ ਇੱਕ ਔਗੁਣਾ ਹੈ ਇੱਕ ਐਬ ਹੈ ਭੋਰੇ ਨੂੰ ਫੁੱਲ ਸੁਣਨ ਅਤੇ ਐਬ ਹੈ ਔਗਣਾ ਹੈ ਇਹ ਔਗਣ ਹੈ ਭੰਬਟ ਦਾ ਜੀਵ ਉੱਤੇ ਸੜਮਰਨਾ ਅੱਖਾਂ ਨਾਲ ਵੇਖ ਵੇਖਣ ਦਾ ਚਸਕਾ ਭਾਵੇਂ ਭਵਰਾਂ ਭਵਰੇ ਦੀਆਂ ਅੱਖਾਂ ਹਨ ਜੇਕਰ ਮਸਤੀਲੀ ਜਗਾਓ ਤਾਂ ਰੋਸ਼ਨੀ ਵਿੱਚ ਫੱਟ ਦਿਸਗਾ ਉਸਨੂੰ ਅਤੇ ਫੱਟ ਟਕਰਾਏਗਾ ਰੋਸ਼ਨੀ ਨਾਲ ਇਸੇ ਤਰ੍ਹਾਂ ਹਾਥੀ ਨੂੰ ਕਾਮ ਵਾਸ਼ਨਾ ਵਾਲਾ ਐਬ ਹੈ ਔਗੁਣ ਹੈ ਇੱਕ ਇੱਕ ਐਬ ਦੇ ਕਾਰਨ ਇਹਨਾਂ ਦਾ ਨਾਸ ਹੋ ਜਾਂਦਾ ਸਤਿਗੁਰੂ ਸੋਝੀ ਕਰਵਾ ਰਹੇ ਹਨ ਸਤਿਗੁਰੂ ਅਰਦਾਸ ਜੀ ਬਖਸ਼ਿਸ਼ ਕਰਦੇ ਸੋਝੀ ਕਰਵਾ ਰਹੇ ਹਨ ਕਿ ਪਸ਼ੂ ਆਦਿਕ ਕਿਹੜੀਆਂ ਜੁਨਾਂ ਦੇ ਜੀਵ ਵਿਚਾਰਹੀਨ ਹਨ ਉਹਨਾਂ ਦਾ ਪਾਪ ਪੁੰਨ ਵੱਲੋਂ ਬੇਪਰਵਾਹ ਰਹਿਣਾ ਕੁਦਰਤੀ ਹੈ ਪਰ ਮਨੁੱਖਾਂ ਨੂੰ ਇਹ ਜਨਮ ਮੁਸ਼ਕਲ ਨਾਲ ਮਿਲਿਆ ਹੈ ਇਸ ਦੀ ਸੰਗਤ ਵੀ ਕੁਝ ਵਿਕਾਰਾਂ ਨਾਲ ਹੀ ਹੈ ਇਸ ਨੂੰ ਤਾਂ ਸੋਚ ਕਰਨੀ ਚਾਹੀਦੀ ਸੀ ਕੀਤੇ ਕਰਮਾਂ ਦੇ ਅਧੀਨ ਜਨਮ ਲੈ ਕੇ ਜੀਵ ਜਿੱਥੇ ਜਿੱਥੇ ਵੀ ਹਨ ਸਾਰੇ ਜੀਵ ਜਨਤਾ ਨੂੰ ਕਾਲ ਦੀ ਅਪਮੁੱਖ ਮੌਤ ਦੀ